ਬਹੁਤ ਸਾਰੇ ਸਟੂਡੈਂਟਸ ਨੂੰ ਹਜੇ ਵੀ ਇਦਾਂ ਲੱਗਦਾ ਹੈ 6 ਈਚ ਦੇ ਨਾਲ ਵੀਜ਼ੇ ਆ ਰਹੇ ਆ। 11 ਅਗਸਤ ਨੂੰ ਅਸੀਂ ਫਾਈਲ ਸਬਮਿਟ ਕਰਨੀਆਂ ਸਟਾਰਟ ਕਰ ਦਿੱਤੀਆਂ ਤੇ 29 ਅਗਸਤ ਨੂੰ ਇਕੱਠੇ 4 PPR ਹਾਸਲ ਕੀਤੇ। ਮੀਨਸ ਜਿਹਦੇ ਵਿੱਚ 1 ਚ 5.5 ਬੈਂਡ ਵਾਲੇ ਦਾ ਵੀਜ਼ਾ ਸੀ, 2 ਚ 5.5 ਬੈਂਡ ਵਾਲੇ ਦਾ ਵੀਜ਼ਾ ਸੀ ਔਰ 3 ਚ 5.5 ਬੈਂਡ ਵਾਲੇ ਦਾ ਵੀਜ਼ਾ ਸੀ। ਸੋ ਅੱਜ ਮੈਂ ਟਾਰਗੇਟ ਨਹੀਂ ਕਰ ਰਿਹਾ ਸਰਕਾਰੀ ਕਾਲਜ ਨੂੰ ਜਾਂ ਪ੍ਰਾਈਵੇਟ ਕਾਲਜ ਨੂੰ, ਅੱਜ ਮੇਰਾ ਟਾਰਗੇਟ ਹੈ ਕਿ ਕੋਰਸ ਰੈਲੀਵੈਂਸੀ, ਤੁਹਾਡਾ ਵੀਜ਼ਾ ਕਿੱਦਾਂ ਲੱਗਣਾ। ਚਲੋ ਪੁੱਛਿਆ ਯਾਰ ਤੇਰੇ ਰਿਸ਼ਤੇਦਾਰ ਨੇ ਆਹ ਚੀਜ਼ ਕਹੀ ਸੀਗੀ ਤੇ ਵੀਜ਼ਾ ਤੇਰਾ ਰਿਫਿਊਜ਼ ਹੋ ਗਿਆ। ਕਹਿੰਦਾ ਭਾਅ ਜੀ ਨਾ ਮੰਨੀ ਹੁੰਦੀ ਨਾ ਤਾਂ ਅੱਜ ਮੇਰਾ ਵੀਜ਼ਾ ਲੱਗ ਜਾਣਾ ਸੀ ਤਾਂ ਅੱਜ ਮੈਂ ਵੀ ਆਪਣੇ ਯਾਰ ਵਾਂਗ ਕੈਨੇਡਾ ਹੋਣਾ ਸੀਗਾ। ਹਰ ਇੱਕ ਵਿਦਿਆਰਥੀ ਦਾ ਰੁਝਾਨ ਰਹਿੰਦਾ ਕੈਨੇਡੀਅਨ ਸਟੂਡੈਂਟ ਵੀਜ਼ਾ। 6 ਈਚ ਆ ਜਾਂਦੇ ਸੀ ਕੈਨੇਡਾ, 6 ਈਚ ਨਹੀਂ ਆਏ, 1 ਜਾਂ 2 ਚ 5.5 ਰਹਿ ਗਏ ਆਸਟ੍ਰੇਲੀਆ। ਆਸਟ੍ਰੇਲੀਆ ਤੋਂ ਜੇ GT ਫਸ ਗਈ ਜਾਂ ਬੱਚਾ ਰਿਜੈਕਟ ਹੋ ਗਿਆ, ਕੰਪਰੋਮਾਈਜ਼ ਕਰਨਾ ਪੈਂਦਾ ਸੀਗਾ UK ਦੇ ਨਾਲ। ਕੈਨੇਡੀਅਨ ਗਵਰਨਮੈਂਟ ਦੀ ਵੈਬਸਾਈਟ ਦੇ ਉੱਪਰ ਕਾਲਜ ਲਿਸਟ ਦੇ ਵਿੱਚ ਜੇ ਕਾਲਜ ਦਾ ਨਾਮ ਆਉਂਦਾ ਤਾਂ ਅੱਖਾਂ ਬੰਦ ਕਰਕੇ ਉਹ 'ਚ ਅਪਲਾਈ ਕਰ ਸਕਦੇ ਹੋ। ਕਈ ਐਸੇ ਕਾਲਜਸ ਵੀ ਹੈਗੇ ਆ ਜਿਹੜੇ DLI ਅਪਰੂਵ ਨਹੀਂ ਹੈਗੇ, ਉਹਨਾਂ 'ਚ ਨਾ ਅਪਲਾਈ ਕਰੋ। ਅੱਜ ਕੈਨੇਡਾ 2 ਹੱਥ ਅੱਗੇ ਕਰਕੇ ਤੁਹਾਨੂੰ ਆਪਸ਼ਨ ਦੇ ਰਿਹਾ ਜੀ ਬਾਹਰ ਜਾਣ ਦੀ, ਕੈਨੇਡਾ ਦਾ ਵੀਜ਼ਾ ਹਾਸਲ ਕਰੋ। ਕੈਨੇਡਾ ਪਹਿਲੀ ਵਾਰੀ ਇਹ ਚੀਜ਼ ਦੇਖੀ ਹੈ ਜੀ ਜਿਹੜੀ ਕੰਟਰੀ ਨੇ ਆਪਣੀ ਰਿਕੁਆਇਰਮੈਂਟ ਨੂੰ ਘੱਟ ਕੀਤਾ। ਸੋ ਕਾਰਨ ਉਹਦਾ ਹੈ ਕਿ ਵੀਜ਼ੇ ਦੇਣੇ ਚਾਹੁੰਦੇ ਆ, ਚਾਹੇ ਫਿਰ ਉਹ ਸਿੰਗਲ ਐਪਲੀਕੇਸ਼ਨ ਹੈ ਚਾਹੇ ਉਹ ਸਪਾਊਸ ਐਪਲੀਕੇਸ਼ਨਸ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਅੱਜ ਗੱਲ ਕਰਾਂਗੇ ਪੰਜਾਬੀਆਂ ਦੀ ਪਹਿਲੀ ਪਸੰਦ ਕੈਨੇਡੀਅਨ ਸਟੂਡੈਂਟ ਵੀਜ਼ਾ ਰਿਗਾਰਡਿੰਗ। ਸੋ ਥੋੜ੍ਹਾ ਜਿਹਾ ਬੈਕ ਜਾਂਦੇ ਹਾਂ, 6 ਈਚ ਰਿਕੁਆਇਰ ਹੁੰਦਾ ਸੀਗਾ ਅਤੇ ਦੈਨ ਰੂਲ ਦੀ ਅਪਡੇਸ਼ਨ ਹੋਈ 10 ਅਗਸਤ ਤੋਂ, ਜਿਹਦੇ ਵਿੱਚ 6 ਓਵਰਆਲ ਬੈਂਡ, 1 'ਚ 5.5, 2 'ਚ 5.5 ਜਾਂ 3 'ਚ 5.5, ਇਹ 6 ਓਵਰਆਲ ਦੇ ਨਾਲ ਤੁਹਾਡੀ ਐਪਲੀਕੇਸ਼ਨ ਅੰਡਰ SDS ਕੰਸੀਡਰ ਹੁੰਦੀ ਸੀਗੀ। ਅਗਰ ਜਨਰਲ ਆਇਲਸ ਹੈ 6 ਈਚ ਦੇ ਨਾਲ ਕੰਸੀਡਰ ਹੁੰਦੀ ਹੈ ਅਤੇ PT 60 ਓਵਰਆਲ ਦੇ ਨਾਲ ਤੁਸੀਂ ਆਪਣੀ ਫਾਈਲ ਲਗਾ ਸਕਦੇ ਹੋ। ਬਟ ਰੂਲ ਅਪਡੇਸ਼ਨ ਵੀ ਹੋਏ ਅਤੇ ਕਨਫਿਊਜ਼ਨ ਵੀ ਕਾਫੀ ਹੋਈ। ਕਨਫਿਊਜ਼ਨ ਇਹ ਸੀਗੀ ਕਿ ਬਹੁਤ ਸਾਰੇ ਸਟੂਡੈਂਟਸ ਨੂੰ ਹਜੇ ਵੀ ਇੱਦਾਂ ਲੱਗਦਾ 6 ਈਚ ਦੇ ਨਾਲ ਵੀਜ਼ੇ ਆ ਰਹੇ ਆ। ਸੋ ਵੈਲ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਅਸੀਂ ਕਾਫੀ ਹੱਦ ਤੱਕ ਵੀਜ਼ਾਸ ਦਿਖਾ ਵੀ ਚੁੱਕੇ ਹਾਂ। ਸੋ ਬਹੁਤ ਸਟੂਡੈਂਟ ਸਕਸੈਸ ਸਟੋਰੀ ਅਸੀਂ ਦਿਖਾਈਆਂ ਨੇ ਅਤੇ ਆਲਰੇਡੀ ਸੋਸ਼ਲ ਮੀਡੀਆ ਪਲੇਟਫਾਰਮ ਭਰਿਆ ਪਿਆ। ਸੋ 10 ਅਗਸਤ ਦੀ ਜਦੋਂ ਅਪਡੇਟ ਆਈ ਸੀਗੀ ਅਤੇ ਕਿਸੇ ਨੇ ਵੀ ਇਸ ਚੀਜ਼ ਨੂੰ ਇਨੀਸ਼ੀਏਟ ਨਹੀਂ ਕੀਤਾ ਸੀਗਾ। 11 ਅਗਸਤ ਨੂੰ ਮੈਂ ਲਾਈਵ ਕਰਿਆ ਅਤੇ ਜਿਹਦੇ ਵਿੱਚ ਸਾਰੀਆਂ ਫਾਈਲਸ ਦੇ ਬਾਰੇ ਡਿਸਕਸ਼ਨ ਹੋਈ। ਸੋ ਉਹ ਜਿਹੜੀ 10 ਅਗਸਤ ਦੀ ਅਪਡੇਟ ਸੀਗੀ, ਫਾਈਲਾਂ ਅਸੀਂ ਪਹਿਲੇ ਲੈਣੀਆਂ ਸਟਾਰਟ ਕਰ ਦਿੱਤੀਆਂ ਸੀਗੀਆਂ, ਫਾਈਲਾਂ ਚੱਕੀਆਂ ਵੀ। 11 ਅਗਸਤ ਨੂੰ ਅਸੀਂ ਫਾਈਲ ਸਬਮਿਟ ਕਰਨੀਆਂ ਸਟਾਰਟ ਕਰ ਦਿੱਤੀਆਂ ਅਤੇ 29 ਅਗਸਤ ਨੂੰ ਇਕੱਠੇ 4 PPR ਹਾਸਲ ਕੀਤੇ। ਮੀਨਸ ਜਿਹਦੇ ਵਿੱਚ 1 'ਚ 5.5 ਬੈਂਡ ਵਾਲੇ ਦਾ ਵੀਜ਼ਾ ਸੀ, 2 'ਚ 5.5 ਬੈਂਡ ਵਾਲੇ ਦਾ ਵੀਜ਼ਾ ਸੀ ਔਰ 3 'ਚ 5.5 ਬੈਂਡ ਵਾਲੇ ਦਾ ਵੀਜ਼ਾ ਸੀਗਾ। ਸੋ ਦੈਟ ਇਜ਼ ਕਲੀਅਰ, ਅਪਡੇਸ਼ਨ ਜਿਹੜੀ ਹੋਈ ਹੈ CIC ਨੇ ਆਪਣੇ ਵੱਲੋਂ ਕੀਤੀ ਹੈ। ਸੋ ਥੋੜ੍ਹਾ ਜਿਹਾ ਅਗਰ ਆਪਾਂ ਬੈਕ ਜਾਂਦੇ ਹਾਂ, ਸੋ 6-5.5 ਦੇ ਨਾਲ ਕਾਫੀ SDS ਕਾਲਜਸ ਸੀਗੇ ਜਿਹੜੇ ਐਡਮਿਸ਼ਨਸ ਦਿੰਦੇ ਸੀਗੇ, ਉਹ ਐਡਮਿਸ਼ਨ ਤੋਂ ਪਹਿਲਾਂ ਵੀ ਮਿਲਦੀਆਂ ਸੀਗੀਆਂ, ਬਟ 1 'ਚ 5.5 ਹੋਣ ਕਰਕੇ ਨੋਨ SDS 'ਚ ਅਪਲਾਈ ਹੁੰਦਾ ਰਿਹਾ ਅਤੇ ਜਿਹਦਾ ਰਿਜ਼ਲਟ ਆਲਮੋਸਟ 20-25% ਰਿਹਾ। ਸਟੂਡੈਂਟਸ ਦੀ ਫਾਈਲਸ ਵੀ ਕਾਫੀ ਰਿਫਿਊਜ਼ ਹੋਈਆਂ, ਕਿਤੇ ਹੋਇਆ ਕੋਈ 100 ਦੇ ਵਿੱਚੋਂ 2 ਜਾਂ 3 ਵੀਜ਼ਾਸ ਮਿਲ ਗਏ। ਸੋ ਇੰਸਟੀਟਿਊਟ ਪਹਿਲਾਂ ਵੀ 5.5 ਨਾਲ ਐਕਸੈਪਟ ਕਰਦੇ ਸੀਗੇ ਅਤੇ ਅੱਜ ਵੀ ਕਰਦੇ, ਬਟ ਚੇਂਜਸ ਜਿਹੜੇ ਆਏ ਆ ਸਮਝਣ ਦੀ ਲੋੜ ਹੈ। CIC ਨੇ ਆਪਣੀ ਚੇਂਜਸ ਕੀਤੀ ਹੈ, ਕੈਨੇਡੀਅਨ ਹਾਈ ਕਮਿਸ਼ਨ ਨੇ ਆਪਣੀ ਚੇਂਜਸ ਕੀਤੀ ਹੈ ਕਿ ਜਿਹੜੀ ਹੁਣ ਫਾਈਲਸ ਅਸੀਂ ਲੈਣੀਆਂ ਉਹਦਾ ਰਿਜ਼ਲਟ 6 ਓਵਰਆਲ ਕਿਸੇ ਵੀ ਮੋਡਿਊਲ ਦੇ ਵਿੱਚ 5.5 ਅੱਗੇ ਆ ਉਹਦੇ ਬੇਸਿਸ 'ਤੇ ਹੋਊਗਾ, ਜਾਂ PT 60 ਜਿਹੜੀ ਹੈ ਅੰਡਰ SDS ਕੰਸਿਡਰ ਹੋਈ ਹੈ। ਸੋ ਪਹਿਲੇ ਤਾਂ ਇਹ ਕਲੈਰਿਟੀ ਦੇਣੀ ਬਹੁਤ ਜ਼ਿਆਦਾ ਜ਼ਰੂਰੀ ਸੀਗੀ ਅਤੇ ਕਾਫੀ ਹਜੇ ਵੀ ਸਟੂਡੈਂਟ ਐਸੇ ਆਉਂਦੇ ਨੇ ਕਿ ਜਿਹਨਾਂ ਨੂੰ ਡਾਊਟ ਲੱਗਦਾ ਕਿ 6 ਓਵਰਆਲ ਨੇ, 1 ਜਾਂ 2 'ਚ 5.5 ਹੈ, ਕੈਨੇਡਾ ਨਹੀਂ ਹੋਣਾ। ਸੋ ਲਾਸਟ ਮੈਂ ਕੋਈ ਸਟੂਡੈਂਟ ਮਿਲ ਕੇ ਗਿਆ ਸੀਗਾ, 3 ਸਟੂਡੈਂਟ ਇਕੱਠੇ ਆਏ ਸੀਗੇ, US ਜਾਣਾ ਚਾਹੁੰਦੇ ਆ, ਕਹਿੰਦੇ ਭਾਅ ਜੀ US ਜਾਣਾ, ਕਿ ਠੀਕ ਹੈ ਯਾਰ ਹੋ ਜੂਗਾ, ਅਤੇ ਬਟ ਚਾਹ ਕਿਤੇ ਨਾ ਕਿਤੇ ਸੀਗੀ ਕੈਨੇਡਾ ਦੀ। ਮੈਂ ਕਿਹਾ ਯਾਰ ਰੂਲ ਅਪਡੇਟ ਹੋਏ ਤੁਹਾਨੂੰ ਪਤਾ ਨਹੀਂ ਲੱਗਾ? ਸੋ ਕਹਿੰਦੇ ਸਰ ਇਹਦੀ ਕਲੈਰਿਟੀ ਨਹੀਂ ਸੀਗੀ ਸਾਨੂੰ, ਪਰ ਜਦੋਂ ਮੈਂ ਵੀਜ਼ੇ ਦਿਖਾਏ ਉਹ ਵੀ ਹੈਰਾਨ। ਸੋ ਅੱਜ ਵੀ ਉਹ ਦੌਰ ਦੀ ਅਗਰ ਆਪਾਂ ਗੱਲ ਕਰਦੇ ਹਾਂ ਕਿ ਹਰ ਇੱਕ ਵਿਦਿਆਰਥੀ ਦਾ ਰੁਝਾਨ ਰਹਿੰਦਾ ਕੈਨੇਡੀਅਨ ਸਟੂਡੈਂਟ ਵੀਜ਼ਾ। 6 ਈਚ ਆ ਜਾਂਦੇ ਸੀ ਕੈਨੇਡਾ, 6 ਈਚ ਨਹੀਂ ਆਏ, 1 ਜਾਂ 2 'ਚ 5.5 ਰਹਿ ਗਏ ਆਸਟ੍ਰੇਲੀਆ। ਆਸਟ੍ਰੇਲੀਆ ਤੋਂ ਜੇ GT ਫਸ ਗਈ ਜਾਂ ਬੱਚਾ ਰਿਜੈਕਟ ਹੋ ਗਿਆ, ਕੰਪਰੋਮਾਈਜ਼ ਕਰਨਾ ਪੈਂਦਾ ਸੀਗਾ UK ਦੇ ਨਾਲ। ਸੋ ਅੱਜ ਪਹਿਲੀ ਪਸੰਦ ਜਿਹੜੀ ਸੀਗੀ ਉਹ ਦੋਵੇਂ ਹੱਥ ਅੱਗੇ ਕਰਕੇ ਸਟੂਡੈਂਟਸ ਨੂੰ ਵੈਲਕਮ ਕਰ ਰਹੀ ਹੈ ਕਿ ਤੁਸੀਂ 6 ਓਵਰਆਲ ਦੇ ਨਾਲ ਆਪਣੀ ਫਾਈਲ ਲਾ ਸਕਦੇ ਹੋ, ਚਾਹੇ ਉਹ ਸਿੰਗਲ ਐਪਲੀਕੇਸ਼ਨ ਹੈ ਫਿਰ ਚਾਹੇ ਸਪਾਊਸ ਐਪਲੀਕੇਸ਼ਨ ਹੈ। 6 ਓਵਰਆਲ ਨਾਲ ਤੁਸੀਂ ਆਪਣਾ ਕੈਨੇਡੀਅਨ ਸਟੂਡੈਂਟ ਵੀਜ਼ਾ ਹਾਸਲ ਕਰ ਸਕਦੇ ਹੋ ਜੀ। ਸੋ ਜਿੱਥੇ ਰਿਲੈਕਸੇਸ਼ਨ ਮਿਲੀ ਹੈ ਉੱਥੇ ਨੰਬਰ ਆਫ ਫਾਈਲਸ ਵੱਧ ਜਾਣਗੀਆਂ।
ਸੋ ਅਗਰ ਥੋੜ੍ਹਾ ਜਿਹਾ ਆਪਾਂ 8-9 ਮਹੀਨੇ ਬੈਕ ਜਾਂਦੇ ਹਾਂ, ਸਾਲ ਬੈਕ ਜਾਂਦੇ ਹਾਂ, ਸੋ ਆਲਮੋਸਟ 30 ਲੱਖ ਐਪਲੀਕੇਸ਼ਨ ਪੈਂਡਿੰਗ ਸੀਗੀ, ਜਿਹਦੇ ਵਿੱਚ ਕੈਨੇਡਾ ਨੇ ਆਰਟੀਫਿਸ਼ਲ ਇੰਟੈਲੀਜੈਂਸ ਦੀ ਹੈਲਪ ਲਈ ਵੀਜ਼ਾ ਦੇਣ ਦੇ ਵਿੱਚ, ਰਿਜ਼ਲਟ ਆਊਟਕਮ ਕਰਨ ਦੇ ਵਿੱਚ। ਸੋ ਉਹੀ ਦੌਰ ਮੈਨੂੰ ਲੱਗਦਾ ਕਿ ਵਾਪਸ ਆਏਗਾ। 2019 ਦੇ ਵਿੱਚ ਬਹੁਤ ਸਾਰੀਆਂ ਵੀਜ਼ਾ ਫਾਈਲਸ ਐਪਲੀਕੇਸ਼ਨ ਪ੍ਰੋਸੈਸ ਹੋਈਆਂ, ਕਈਆਂ ਦੇ ਵੀਜ਼ਾਸ ਗ੍ਰਾਂਟ ਹੋਏ, ਕਈਆਂ ਦੀ ਰਿਜੈਕਸ਼ਨ ਆਈ। ਸੋ ਦੌਰ ਮੈਨੂੰ ਸੇਮ ਉਹਦੇ ਵਰਗਾ ਲੱਗ ਰਿਹਾ। ਰਿਜੈਕਸ਼ਨਸ ਦਾ ਕਾਰਨ ਮੇਨ ਸੀਗਾ ਕੋਰਸ ਰਿਲੀਵੈਂਟ ਨਾ ਹੋਣਾ। ਸਟੂਡੈਂਟ ਦੇ ਦਿਮਾਗ ਦੇ ਵਿੱਚ ਇੱਕ ਫਤੂਰ ਸੀਗਾ ਕਿ ਸਰਕਾਰੀ ਕਾਲਜ ਮਿਲ ਗਿਆ, ਇੱਕ 'ਚ 5.5 ਜਾਂ 2 'ਚ 5.5। ਸਿਰਫ ਬੱਚਾ LOA ਨੂੰ ਦੇਖਦਾ ਸੀਗਾ ਕਿ ਸਰਕਾਰੀ ਕਾਲਜ ਦੀ LOA ਹੈ, ਵੀਜ਼ਾ ਲੱਗ ਜੂਗਾ। ਜਦੋਂ ਢੇਰ ਲੱਗ ਗਿਆ ਰਿਫਿਊਜ਼ਲਸ ਦਾ, ਦੈਨ ਬੱਚਾ ਸਵਿਚ ਹੋਣਾ ਸ਼ੁਰੂ ਹੋ ਗਿਆ UK ਦੇ ਵਿੱਚ। ਉਦੋਂ ਐਪਲੀਕੇਸ਼ਨ ਜ਼ਰੂਰ ਅਪਲਾਈ ਹੁੰਦੀ ਸੀਗੀ, ਬਟ ਗਲਤੀ ਇਹ ਸੀਗੀ ਜਾਂ ਦਿਮਾਗ ਦੇ ਵਿੱਚ ਕੀੜਾ ਸੀਗਾ ਕਿ ਜਾਣਾ ਤਾਂ ਸਰਕਾਰੀ ਕਾਲਜ 'ਚ ਜਾਣਾ ਅਤੇ ਨਹੀਂ ਜਾਣਾ। ਸੋ ਮੇਰੇ ਕੋਲ ਇੱਕ ਐਪਲੀਕੇਸ਼ਨ ਆਈ, 2 ਸਟੂਡੈਂਟ ਸੀਗੇ ਇਕੱਠੇ, ਮੈਡੀਕਲ ਸਟੂਡੈਂਟ, ਦੋਨੋਂ +2 ਕਰ ਚੁੱਕੇ। ਕਾਲਜ ਦੀ ਆਪਸ਼ਨ ਸੀਗੀ ਪ੍ਰਾਈਵੇਟ ਕਾਲਜ ਦੇ ਵਿੱਚ, ਸੋ ਹੈਲਥ ਰਿਲੇਟਡ ਪ੍ਰੋਗਰਾਮ ਵੀ ਅਵੇਲੇਬਲ ਸੀਗਾ। ਸੋ ਦੋਨਾਂ ਦੀ ਆਫਰ ਲੈਟਰ ਵੀ ਆ ਗਈ। ਇੱਕ ਮੁੰਡਾ ਕਹਿੰਦਾ ਭਾਅ ਜੀ, ਮੇਰਾ ਕੋਈ ਮਾਸੀ ਦਾ ਮੁੰਡਾ ਸੀਗਾ, ਉਹ ਕੈਨੇਡਾ ਰਹਿੰਦਾ, ਉਹ ਕਹਿੰਦਾ ਕਿ ਤੂੰ ਇੱਦਾਂ ਕਰ, ਆਹ ਕਾਲਜ ਤੋਂ ਆਪਣੀ ਲੈਟਰ ਬੈਕ ਕਰ, ਐਪਲੀਕੇਸ਼ਨ ਆਪਣੀ ਪਾ ਸਰਕਾਰੀ ਕਾਲਜ ਦੇ ਵਿੱਚ। ਸਰਕਾਰੀ ਕਾਲਜ 'ਚ ਜਦੋਂ ਐਡਮਿਸ਼ਨ ਪਾਈ ਹੈ, ਮੈਡੀਕਲ ਸਟੂਡੈਂਟ ਨੂੰ ਪ੍ਰੋਗਰਾਮ ਦਿੱਤਾ ਜੀ ਬਿਜ਼ਨਸ ਮੈਨੇਜਮੈਂਟ। ਕਿਉਂ? ਕਿਉਂਕਿ ਸੀਟਸ ਨਹੀਂ ਅਵੇਲੇਬਲ। ਦੋਨਾਂ ਦੀ ਜਦੋਂ ਫਾਈਲ ਲੱਗੀ ਹੈ, ਪ੍ਰਾਈਵੇਟ ਕਾਲਜ ਵਾਲੇ ਦਾ ਵੀਜ਼ਾ ਗ੍ਰਾਂਟ ਹੋ ਗਿਆ, ਸਰਕਾਰੀ ਵਾਲਾ ਰਿਫਿਊਜ਼ ਹੋ ਗਿਆ। ਸੋ ਅੱਜ ਮੈਂ ਟਾਰਗੇਟ ਨਹੀਂ ਕਰ ਰਿਹਾ ਸਰਕਾਰੀ ਕਾਲਜ ਨੂੰ ਜਾਂ ਪ੍ਰਾਈਵੇਟ ਕਾਲਜ ਨੂੰ, ਅੱਜ ਮੇਰਾ ਟਾਰਗੇਟ ਹੈ ਕਿ ਕੋਰਸ ਰੈਲੀਵੈਂਸੀ, ਤੁਹਾਡਾ ਵੀਜ਼ਾ ਕਿੱਦਾਂ ਲੱਗਣਾ। ਮੈਡੀਕਲ ਸਟੂਡੈਂਟ ਬੈਕਗ੍ਰਾਊਂਡ ਵਾਲਾ ਬੱਚਾ ਬਿਜ਼ਨਸ ਬੈਕਗ੍ਰਾਊਂਡ ਦੇ ਕੋਰਸ ਲੈ ਕੇ ਜਾ ਰਿਹਾ, ਸਰਕਾਰੀ ਕਾਲਜ ਜ਼ਰੂਰ ਸੀਗਾ ਬਟ ਕੋਰਸ ਗਲਤ ਹੋਣ ਕਰਕੇ ਵੀਜ਼ਾ ਰਿਫਿਊਜ਼। ਦੂਜੇ ਪਾਸੇ ਪ੍ਰਾਈਵੇਟ ਕਾਲਜ ਵਾਲਾ ਬੱਚਾ ਮੈਡੀਕਲ ਸਟੂਡੈਂਟ, ਮੈਡੀਕਲ ਦਾ ਕੋਰਸ ਅੱਗੇ ਮਿਲਿਆ ਹੈਲਥ ਰਿਲੇਟਡ, ਉਹਦਾ ਵੀਜ਼ਾ ਗ੍ਰਾਂਟ। ਸੋ ਇਹ ਤੋਂ ਇਹ ਚੀਜ਼ ਸਿੱਖਣ ਨੂੰ ਮਿਲਦੀ ਹੈ ਕਿ ਐਪਲੀਕੇਸ਼ਨ ਜਦੋਂ ਵੀ ਪ੍ਰੋਸੈਸ ਕਰਨੀ, ਕਾਲਜ ਮੈਟਰ ਨਹੀਂ ਕਰੇਗਾ, ਕੋਰਸ ਮੈਟਰ ਕਰੇਗਾ ਕਿ ਪਹਿਲਾਂ ਕੀ ਪੜ੍ਹਾਈ ਕੀਤੀ ਸੀਗੀ, ਅੱਜ ਕਿਹੜੀ ਪੜ੍ਹਾਈ ਕਰਨਾ ਚਾਹੁੰਦੇ ਹੋ, ਕੀ ਉਹ ਪ੍ਰੋਗਰੈਸ਼ਨ ਦੇ ਵਿੱਚ ਹੈਗੀ ਹੈ ਜਾਂ ਨਹੀਂ ਹੈਗੀ, ਕੀ ਉਹ ਕੋਰਸ ਤੁਹਾਡੀ ਪੜ੍ਹਾਈ ਨਾਲ ਮੈਚ ਕਰਦਾ, ਰੈਲੀਵੈਂਟ ਹੈਗਾ ਜਾਂ ਨਹੀਂ ਹੈਗਾ, ਵੀਜ਼ਾ ਉਹਨੇ ਦੇਣਾ। ਅੱਗੇ ਜਦੋਂ ਪੁੱਛਿਆ, ਯਾਰ ਤੇਰੇ ਰਿਸ਼ਤੇਦਾਰ ਨੇ ਆਹ ਚੀਜ਼ ਕਹੀ ਸੀਗੀ ਅਤੇ ਵੀਜ਼ਾ ਤੇਰਾ ਰਿਫਿਊਜ਼ ਹੋ ਗਿਆ, ਕਹਿੰਦਾ ਭਾਅ ਜੀ ਨਾ ਮੰਨੀ ਹੁੰਦੀ ਨਾ ਤਾਂ ਅੱਜ ਮੇਰਾ ਵੀਜ਼ਾ ਲੱਗ ਜਾਣਾ ਸੀ, ਤਾਂ ਅੱਜ ਮੈਂ ਵੀ ਆਪਣੇ ਯਾਰ ਵਾਂਗ ਕੈਨੇਡਾ ਹੋਣਾ ਸੀਗਾ। ਜਦੋਂ ਤੁਹਾਡਾ ਵੀਜ਼ਾ ਲੱਗ ਜਾਂਦਾ ਨਾ ਤਾਂ ਰਿਸ਼ਤੇਦਾਰ ਕੋਲ ਉਦੋਂ ਪਹੁੰਚੋਗੇ, ਜੇ ਵੀਜ਼ਾ ਰਿਫਿਊਜ਼ ਹੋ ਜਾਂਦਾ ਰਿਸ਼ਤੇਦਾਰ ਨੇ ਕੈਨੇਡਾ ਛੱਡ ਕੇ ਇੰਡੀਆ ਨਹੀਂ ਆਉਣਾ। ਸੋ ਮੈਨੂੰ ਪੁੱਛਿਆ, ਯਾਰ ਕੈਨੇਡਾ ਰਿਸ਼ਤੇਦਾਰ ਗਿਆ ਕਿੱਦਾਂ ਸੀਗਾ, ਕਹਿੰਦਾ ਭਾਅ ਜੀ ਉਹ ਡੋਂਕੀ ਲਾ ਕੇ ਗਿਆ ਸੀ USA ਦੀ, 55 ਲੱਖ ਰੁਪਈਆ ਖਰਚ ਕੇ। ਖੈਰ ਠੀਕ ਹੈ, ਅਤੇ ਕੈਨੇਡਾ ਕਿੱਦਾਂ ਆਇਆ? 7 ਸਾਲ ਬਾਅਦ ਭਾਅ ਜੀ ਜੁਗਾੜ ਕਰਕੇ ਆਇਆ ਸੀ। ਸੋ ਜਿਹੜੇ ਜੁਗਾੜ ਕਰਕੇ ਆਪ ਆਇਆ, ਤੁਹਾਨੂੰ ਕਿਹੜੀ ਸਲਾਹ ਦਊਗਾ? ਵੀਜ਼ਾ ਰਿਫਿਊਜ਼ ਹੋ ਗਿਆ, ਮੈਂ ਕਿਹਾ ਹੁਣ ਦੱਸ ਤੇਰਾ ਰਿਸ਼ਤੇਦਾਰ ਮਾਸੀ ਦਾ ਮੁੰਡਾ ਕੈਨੇਡਾ ਛੱਡ ਕੇ ਇੰਡੀਆ ਆਉਂਦਾ? ਕਹਿੰਦਾ ਨਹੀਂ ਸਰ। ਸੋ ਅੱਜ ਮੈਂ ਕਿਹਾ ਤੂੰ ਰੀਲੌਂਚ ਕਰਨਾ ਚਾਹੁੰਦਾ, ਕਿਹੜੀ ਆਪਸ਼ਨ ਚਾਹੁੰਦਾ? ਕਹਿੰਦਾ ਭਾਅ ਜੀ ਕਿਤੇ ਕਰਾ ਦਿਓ, ਮੈਨੂੰ ਕੈਨੇਡਾ ਪਹੁੰਚਾ ਦਿਓ। ਜਦੋਂ ਪਹਿਲਾਂ ਤੁਹਾਡੇ ਕੋਲ ਆਪਸ਼ਨਸ ਹੁੰਦੀਆਂ, ਪਹਿਲਾਂ ਵੀਜ਼ਾ ਦੇ ਚਾਂਸਿਸ ਵੱਧ ਹੁੰਦੇ, ਪ੍ਰੋਬੇਬਿਲਿਟੀ ਜ਼ਿਆਦਾ ਹੁੰਦੀਆਂ, ਉਦੋਂ ਕਿਉਂ ਨਹੀਂ ਆਪਾਂ ਐਪਲੀਕੇਸ਼ਨ ਕਰਦੇ? ਸੋ ਰਿਸ਼ਤੇਦਾਰਾਂ ਕੋਲ, ਯਾਰਾਂ ਦੋਸਤਾਂ ਕੋਲ ਉਦੋਂ ਪਹੁੰਚੋਗੇ ਜਦੋਂ ਵੀਜ਼ਾ ਲੱਗੂਗਾ। ਪਹਿਲੀ ਪ੍ਰਾਇਓਰਿਟੀ ਕੈਨੇਡਾ ਰੱਖੋ। ਰਹੀ ਗੱਲ ਸਰਕਾਰੀ ਹੈ ਕਾਲਜ ਆ, ਮੈਟਰ ਨਹੀਂ ਕਰਦਾ, DLI ਅਪਰੂਵ ਕਾਲਜ ਹੋਣਾ ਚਾਹੀਦਾ ਜੀ, ਚਾਹੇ ਉਹ ਸਰਕਾਰੀ ਜਾਂ ਪ੍ਰਾਈਵੇਟ ਹੈ। ਕੈਨੇਡੀਅਨ ਗਵਰਨਮੈਂਟ ਦੀ ਵੈਬਸਾਈਟ ਦੇ ਉੱਪਰ ਕਾਲਜ ਲਿਸਟ ਦੇ ਵਿੱਚ ਜੇ ਕਾਲਜ ਦਾ ਨਾਮ ਆਉਂਦਾ ਤਾਂ ਅੱਖਾਂ ਬੰਦ ਕਰਕੇ ਉਹ 'ਚ ਅਪਲਾਈ ਕਰ ਸਕਦੇ ਹੋ। ਕਈ ਐਸੇ ਕਾਲਜਸ ਵੀ ਹੈਗੇ ਆ ਜਿਹੜੇ DLI ਅਪਰੂਵ ਨਹੀਂ ਹੈਗੇ, ਉਹਨਾਂ 'ਚ ਨਾ ਅਪਲਾਈ ਕਰੋ। ਕਿ ਜਿੱਦਾਂ 4 ਕਾਲਜ ਲਾਸਟ ਸੁਣਨ ਨੂੰ ਮਿਲੇ ਸੀਗੇ, ਬੱਚਿਆਂ ਦੀਆਂ ਫੀਸਾਂ ਵੀ ਖਰਾਬ ਹੋਈਆਂ, ਪੈਸੇ ਬਰਬਾਦ ਹੋ ਗਏ, ਸੋ ਉਹ DLI ਅਪਰੂਵ ਦੇ ਵਿੱਚ ਨਹੀਂ ਆਉਂਦੇ। ਚਾਹੇ ਤੁਹਾਡਾ ਕਾਲਜ ਗਵਰਨਮੈਂਟ ਹੈ, ਚਾਹੇ ਤੁਹਾਡਾ ਕਾਲਜ ਪ੍ਰਾਈਵੇਟ ਹੈ, DLI ਅਪਰੂਵ ਕਾਲਜ ਦੇ ਵਿੱਚ ਅਪਲਾਈ ਕਰੋ। ਸੋ ਆਲਮੋਸਟ 2011 ਤੋਂ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਹਾਂ ਜੀ ਐਜ਼ ਏ ਕੰਸਲਟੈਂਟ। ਸੋ ਹਰ ਵਾਰੀ ਇੱਕ ਚੀਜ਼ ਦੇਖਦੇ ਹਾਂ ਕਿ ਕੋਈ ਵੀ ਕੰਟਰੀ ਹੈ ਆਪਣੀ ਰਿਕੁਆਇਰਮੈਂਟ ਨੂੰ ਹਮੇਸ਼ਾ ਵਧਾਉਂਦੀ ਹੈ। ਜਿੱਥੇ ਕੈਨੇਡਾ 6 ਓਵਰਆਲ ਲੈਂਦਾ ਸੀਗਾ, 2 'ਚ 5.5 ਲੈਂਦਾ ਸੀਗਾ, ਜਦੋਂ SGS ਆਇਆ ਚੀਕਾਂ ਨਿਕਲੀਆਂ ਲੋਕਾਂ ਦੀਆਂ ਕਿ ਭਾਅ ਜੀ 6 ਇੰਚ ਨਹੀਂ ਆਉਂਦੇ ਪਏ। ਸੋ ਜਿਹੜੇ 6 ਇੰਚ ਜਿਹਦੇ ਆ ਗਏ ਉਹ ਕੈਨੇਡਾ ਪਹੁੰਚਦਾ ਸੀਗਾ, ਬਾਕੀ ਸਟੂਡੈਂਟ ਸਾਰੇ ਕੰਪਰੋਮਾਈਜ਼ ਕਰਦੇ ਸੀਗੇ, ਕੋਈ UK ਦੇ ਨਾਲ, ਕੋਈ ਆਸਟ੍ਰੇਲੀਆ ਦੇ ਨਾਲ, ਅਤੇ ਜਿਹਦੇ ਕੋਲ 6 ਮਹੀਨੇ ਪੁਰਾਣੇ ਫੰਡ ਹੈਗੇ ਉਹ ਨਿਊਜ਼ੀਲੈਂਡ ਦੇ ਨਾਲ, ਅਤੇ ਜਿਹਦਾ ਗੈਪ ਵੱਧ ਜਾਂਦਾ ਸੀਗਾ ਉਹ ਕਹਿੰਦਾ ਸੀ ਭਾਅ ਜੀ ਸਿੰਗਾਪੁਰ ਹੀ ਕਰਾ ਦਿਓ। ਸੋ ਅੱਜ ਕੈਨੇਡਾ 2 ਹੱਥ ਅੱਗੇ ਕਰਕੇ ਤੁਹਾਨੂੰ ਆਪਸ਼ਨ ਦੇ ਰਿਹਾ ਜੀ ਬਾਹਰ ਜਾਣ ਦੀ, ਕੈਨੇਡਾ ਦਾ ਵੀਜ਼ਾ ਹਾਸਲ ਕਰਨ ਦੀ। ਸੋ ਸਮਾਂ ਦੁਬਾਰਾ ਵਾਪਸ ਨਹੀਂ ਆਉਂਦਾ। ਸੋ ਜਦੋਂ ਫੈਬਿਨ ਟੇਕ ਵਾਲਾ ਬੱਚਾ ਆਸਟ੍ਰੇਲੀਆ ਜਾਂਦਾ ਨਾ, ਅਤੇ ਉਹੀ ਬੱਚਾ ਜੁਲਾਈ ਇਨਟੇਕ ਦੇ ਵਿੱਚ ਡੈਫਰ ਪੈ ਜਾਂਦਾ, ਪ੍ਰੋਸੈਸ ਨਹੀਂ ਹੋ ਪਾਉਂਦਾ ਕਿਉਂਕਿ GT ਸਟ੍ਰਿਕਟ ਹੋ ਗਈ,
अज पांच पांच छे छे महीने हो गए बच्चे की जी टी अप्रूव नहीं हो रही। वो बच्चे पुछ के देखो कि वो मौका की सीगा। जो बच्चा कहता भाजी कट्ठे पढ़े सके। सो यार दोस्त पहुँच गया फैब इनटेक के बच्चे, अज जुलाई इनटेक आ गया सर, जी टी स्ट्रिक्ट होगी हूँ, अगे जी टी ने स्विच हो गए जी एस टी च जाना है। सो वो बच्चे पुछ के देखो। कमिंग बैक टू द कैनेडा, सो जो रिलैक्सेशन कैनेडा ने दी है दो हथ अगे करके रिलैक्सेशन दी है। सो ये इंडस्ट्री के अगर मैं देखता 2011 तो अज तक कोई भी कंट्री ऐसी नहीं है जिन्हें रूल्स के उत्ते स्टैप बैक किया हो। सो कैनेडा पहली बार ये चीज़ देखी है जी, जिहड़ी कंट्री ने अपनी रिक्वायरमेंट नू घट किया। सो कारण होता है कि वीज़े देने चाहते हैं, चाहे फिर वो सिंगल एप्लीकेशन है चाहे वो स्पाउस एप्लीकेशन है। सो जिदा एप्लीकेशन का बैकलॉग वधिया सीगा लास्ट टाइम, सो जिहड़ा बच्चा उदों कॉम्प्रोमाइज़ चलता सीगा कि जी 6 इंच आऊगे तो कैनेडा जाऊँगा, अदरवाइज ऑस्ट्रेलिया या यूके करांगे। अज बच्चा ऑस्ट्रेलिया नहीं जाना चाहता, अज बच्चा यूके नहीं जाना चाहता, रुझान फिर कैनेडा च है। सो तुहानू अगर ये लगता है कि यार बहुत ज़्यादा टाइम है मेरे को, सो अप्लाई कर देंगे कोई दिक्कत नहीं गी, आने वाले 3 महीने के बच्चे मैं हूँ तो प्रडिक्ट कर दिना सेम एम्बैसी के बच्चे बैकलॉग वधन वाला है। अज की डेट जेकर आप गल करते हैं एम्बैसी का रिजल्ट 15 से 20 दिन के आ रहा। सो बहुत सारे स्टूडेंट ऐसे भी है कि जिन्हों का गैप बन चुका, या फिर जोड़े ऐसे कि जी टी प्रोसैस की 6 महीने तो जी टी अपरूव नहीं हुई, या कई ऐसे स्टूडेंट है जोड़े 2021 या 2022 पास आउट है, आयल्स एक्सपायर होने वाला है, ताकि एप्लीकेशन प्रोसैस करा जिद 15 दिन फाइल ताकि एम्बैसी के लॉगिन करा, चाहे ऑफर लैटर लेना है चाहे वह फाइल एम्बैसी तक पहुँचानी है। ऑफर लैटर तो लैके कंप्लीट प्रोसैस ता इंकलूडिंग फिजिस, इंकलूडिंग मैडिकल और इंकलूडिंग जी आई सी LOA लैके 15 दिन फाइल ताकि एम्बैसी के लॉगिन करा, सो दैट कि जोड़े हूँ एप्लीकेशन अपलाई करना चाहते हैं अक्टूबर के मिड तक वीज़ा से लै सकी। सो ये तो रही जी सिंगल एप्लीकेशन की गल। सो कैनेडा जो स्पाउस की गल आती कहते ना कि एक पैर घट तुरना पर तुरना मणक दे नाल। सो हर कंट्री ने स्पाउस वीज़ा दते है जी, चाहे वह न्यूजीलैंड की गल करिए, चाहे ऑस्ट्रेलिया की गल करिए, यूके की गल करिए। सो खुले गप्पे मंडे है यूके ने, बहुत सारे वीज़ा लगे, अज यूके ने हथ खड़े करते जी, जनवरी 2024 इनटेक तो स्पाउस वीज़ा नहीं लेने, जोड़े जाऊंगे सिंगल जाऊंगे या मास्टर रिसर्च वाले जाएंगे। ऑस्ट्रेलिया की जो गल करते हैं, ऑस्ट्रेलिया कहता जी मेन एप्लीकेंट भी ग्रैजुएट दो, स्पाउस भी ग्रैजुएट दो, तो विआह साल पुराना दो, फिर मैं स्पाउस एप्लीकेशन लाँगा। सो नवे रूल जोड़े जी एस टी के अपडेट होने आ रहे, वो औखा ही करूंगे सौखा नहीं करूंगे। एंड तो जरूर कैनेडा आया, अज कोई ऐसी कंट्री नहीं जी प्लस टू बेस से स्पाउस वीज़ा दिंदी है। जेकर तुसी 12th हो, मिनिमम 12वीं कर चुके हो, स्पाउस चाहे तो 8 या 10 पढ़िया, कट्ठे स्पाउस ना वीज़ा लवाना चाहते हो तो इकलौती कंट्री कैनेडा जी स्पाउस वीज़ा देगी। विद किड अपलाई करना चाहते हो या हसबेंड वाइफ कट्ठे सेम डे सेम जहाज ट्रैवल करना चाहते हो तो कैनेडा स्पाउस वीज़ा हासिल कर सकते हो। हजे तक कि ओम ग्लोबल पंजाब की सब तो ज़्यादा स्पाउस वीज़ा लवाने वाली कंपनी, जिन्हें सब तो ज़्यादा स्पाउस वीज़ा ले है, चाहे वह प्लस टू बेस से या ग्रैजुएट बेस से सके। सोशल मीडिया प्लेटफॉर्म साढ़े देख सकते हो भरे पे है जी स्पाउस वीज़ा के नाल, जेकर तुसी सिंगल जाना चाहते हो स्पाउस जाना चाहते हो। सो ये कैनेडा दे विच इन्ने वधिया सक्सैस दे नाल नाल अज ऑफिशियली अनाउंस करते हैं जी, चाहे सिंगल अपलाई करना चाहते हो या स्पाउस, पढ़ाई जी किन्ना भी गैप है शर्त सिर्फ 2 रहेगी। पहली शर्त यह रहेगी 6 ओवरऑल बैंड चाहिए है, 60 PT स्कोर चाहिए है। सो आयल्स के बच्चे चाहे 2.5 या 3.5 वो भी एक्सैप्टेबल है, 60 PT वो एक्सैप्टेबल है, डॉक्यूमेंट फेक नहीं होने चाहिए। दूसरी शर्त जिदे 6 ओवरऑल है 60 PT है, डॉक्यूमेंटेशन जेन्युइन है, चाहे तुम 10 बार भी रिफ्यूज़ हो ओम ग्लोबल ताड़ी एप्लीकेशन करेगा, जिदे विच बिना कोई प्रोसैसिंग फीस, बिना कॉलेज की एप्लीकेशन फीस, बिना कॉलेज फीस, ईवन एम्बैसी फीस भी असी लगावांगे, सारे पैसे उदों देने हैं जदों ताड़ा वीज़ा लग जूगा। रिपीट करूँगा, ना कोई एप्लीकेशन फीस, ना प्रोसैसिंग फीस, ना कॉलेज फीस, तो ना एम्बैसी फीस, सारे पैसे उदों देने जो वीज़ा लग जूगा। जनवरी इनटेक के अपलाई करना चाहते हो तो 15 दिन अपनी फाइल में एम्बैसी से लॉगिन करना चाहते हो तो हुणे फोन चुको, कॉल करो 9216 9166। धन्यवाद।